ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਨੀਟੂ ਛੱਟਰਾਂਵਾਲਾ ਤੇ ਟੀਟੂ ਬਾਣੀਆਂ ਦੀ ਹੋਈ ਹਾਰ ਤੋਂ ਬਾਅਦ ਖੂਬ ਚਰਚਾ ਦਾ ਵਿਸ਼ਾ ਬਣੇ। ਲੋਕਾਂ ਵੱਲੋਂ ਇਹਨਾਂ ਦੀ ਹਾਰ ਦਾ ਖੂਬ ਮਜ਼ਾਕ ਉਡਾਇਆ ਗਿਆ। ਇਸ ਵਾਰ ਵੀ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਦੋਵਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਅਤੇ ਚੋਣ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ, ਜਿਸ ਦੇ ਤਹਿਤ ਨੀਟੂ ਛੱਟਰਾਂਵਾਲਾ ਆਪਣੇ ਮਾਂ ਦੇ ਹੱਕ 'ਚ ਚੋਣ ਪ੍ਰਚਾਰ ਲਈ ਲੁਧਿਆਣੇ 'ਚ ਟੀਟੂ ਬਾਣੀਆਂ ਕੋਲ ਪਹੁੰਚਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਟੀਟੂ ਬਾਣੀਆਂ ਵੱਲੋਂ ਨੀਟੂ ਛੱਟਰਾਂਵਾਲੇ ਦੀ ਹਮਾਇਤ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਜਿਵੇਂ ਆਪਾਂ ਸੁਣਿਆ ਵਾ ਵੀ ਕੀੜੀ ਦੇ ਘਰੇ ਨਰੈਣ ਆਏ ਨੇ, ਅੱਜ ਨੀਟੂ ਛੱਟਰਾਂਵਾਲਾ ਵੀਰ ਮੇਰੇ ਘਰੇ ਆਇਆ ਵਾ ਅਤੇ ਬੜਾ ਮਨ ਖੁਸ਼ ਹੋਇਆ, ਕਿਉਂਕਿ ਖੁਸ਼ ਸਾਡਾ ਮਨ ਤਾਂ ਹੋਇਆ ਵਾ ਇੱਕ ਸੱਚਾ ਸੁੱਚਾ ਬੰਦਾ ਮੇਰੇ ਘਰੇ ਆਇਆ। ਇਹਨਾਂ ਦੇ ਵਿੱਚ ਕੋਈ ਕਾਗਜ਼ਾਂ ਦੀ ਕਮੀ ਸੀਗੀ ਅਤੇ ਅਸੀਂ ਹੁਣ ਲੱਭ ਕੇ ਪੂਰੀ ਕੀਤੀ ਆ, ਕਿਉਂਕਿ ਇਹਨਾਂ ਦੇ ਜਿਹੜੇ ਵਾਈਫ ਜੀ ਇੱਥੋਂ ਵੀ ਖੜੇ ਹਲਕੇ ਦਾਖੇ ਤੋਂ ਚੋਣ ਲੜ ਰਹੇ ਨੇ। ਚਲੋ ਪਰਮਾਤਮਾ ਉਹਨਾਂ ਨੂੰ ਤਰੱਕੀ ਬਖਸ਼ੇ ਅਤੇ ਸਾਡਾ ਨਿਊਟੂ ਵੀਰਾ ਹੈਗਾ ਫਗਵਾੜੇ ਤੋਂ ਚੋਣ ਲੜ ਰਿਹਾ। ਅੱਜ ਮੇਰੇ ਬੱਚੇ ਵੀ ਬੜੇ ਖੁਸ਼ ਨੇ, ਮੇਰੇ ਬੱਚੇ ਬੜੇ ਖੁਸ਼ ਨੇ, ਕਹਿੰਦੇ ਨੀਟੂ ਤਾਊ ਆਇਆ, ਕਹਿੰਦੇ ਤਾਊ ਆਇਆ। ਇਸ ਕਰਕੇ ਚਲੋ ਅਸੀਂ ਜੰਗ ਲੜਦੇ ਹਾਂ, ਇਹਨਾਂ ਨਾਲ ਲੜਦੇ ਰਹਾਂਗੇ, ਕਿਉਂਕਿ ਜਿਹੜਾ ਸਾਡਾ ਸਿਸਟਮ ਆ ਸਾਡਾ ਖਰਾਬ ਹੋ ਗਿਆ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਵਾਂ ਵੀ ਜਦੋਂ ਕੋਈ ਨਾ ਵੀ ਸਿਸਟਮ ਹਿੱਲ ਜਾਵੇ, ਜਦੋਂ ਲੋਕ ਦੁਖੀ ਹੋਣ, ਆਪਣਾ ਵੇਚ ਵੇਚ ਕੇ ਸਮਾਨ ਚੋਣਾਂ ਲੜਦੇ ਨੇ, ਕਰਜ਼ਾ ਲੈ ਲੈ ਕੇ ਚੋਣਾਂ ਲੜਦੇ ਨੇ। ਜਿਵੇਂ ਨੀਟੂ ਜੀ ਕਹਿੰਦੇ ਵੀ ਕਰਜ਼ਾ ਲਿਆ ਵਾ 5 ਲੱਖ ਦਾ ਕਰਜ਼ਾ ਹੋ ਗਿਆ ਇਹਨਾਂ 'ਤੇ, ਅਤੇ ਬਾਕੀ ਮੈਂ ਨੀਟੂ ਜੀ ਨੂੰ ਕਹਾਂਗਾ ਵੀ ਆਪਣੇ ਵਿਚਾਰ ਦੱਸਣ। ਨੀਟੂ ਜੀ ਨਮਸਕਾਰ। ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਨੰਕਾਰ ਜੀ ਔਰ ਸਾਰੇ ਹੀ ਮੇਰੇ ਦੇਸ਼ ਵਾਸੀਆਂ ਨੂੰ ਲੁਧਿਆਣੇ ਵਾਸੀ ਦਿਲ ਤੋਂ ਪਿਆਰ ਕਰਦੇ ਨੇ ਮੈਨੂੰ, ਮੈਂ ਉਹਨਾਂ ਨੂੰ ਸਲੂਟ ਕਰਦਾ ਦਿਲੋਂ। ਤੂੰ ਰੱਖੇ ਮਹਾਰਾਣੀ, ਇਹਨਾਂ ਦੇ ਹਰ ਮਨੋਕਾਮਨਾ ਪੂਰੀ ਕਰੇ। ਪਰ ਮੈਂ ਦੇਸ਼ ਵਾਸੀਓ, ਇਸ ਟਾਈਮ ਜਿਹੜੇ ਆਪਾਂ ਜੰਗ ਲੜ ਰਹੇ ਟੀਟੂ ਬਾਣੀਆਂ ਭਾਜੀ ਅਤੇ ਨੀਟੂ ਛੱਟਰਾਂਵਾਲਾ, ਇਹਨੂੰ ਸਫਲ ਤੁਸੀਂ ਕਰਨਾ ਹੈਗਾ, ਇਹ ਸਫਲ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਏਗਾ। ਔਰ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਹੰਕਾਰੀ ਔਰ ਕਪੱਟੀ ਹੈਗੇ ਆ, ਛਲ ਕਰਦੇ ਆ, ਫਰੇਬ ਕਰਦੇ ਆ, ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਤੁਸੀਂ ਦੇਣਾ, ਅਸੀਂ ਨਹੀਂ ਦੇ ਸਕਦੇ, ਕਿਉਂਕਿ ਅਸੀਂ ਛੋਟੇ ਜਿਹੇ ਬੰਦੇ ਹਾਂ, ਅਸੀਂ ਤਾਂ ਸੇਵਾ ਕਰਨਾ ਹੈ। ਔਰ ਸਾਡੇ ਦਿਲ ਦੇ ਵਿੱਚ ਇੱਦਾਂ ਨਹੀਂ ਹੈਗੀ ਕਿ ਅਸੀਂ ਗੱਡੀਆਂ 'ਤੇ ਘੁੰਮੀਏ ਜਾਂ ਇੱਦਾਂ ਕਰੀਏ। ਭਾਜੀ ਦੇ ਦਿਲ ਅੱਜ ਜੋ ਦਿਲ ਦੇ ਵਿੱਚ ਤਮੰਨਾ ਨਾ ਅੱਜ ਤੁਸੀਂ ਪੂਰੀ ਕਰਨੀ ਹੈ, ਇਹਨਾਂ ਨਾਲ ਮੈਂ ਖੜ੍ਹਾ ਹਾਂ। ਤੁਸੀਂ ਵੋਟ ਪਾਓ, ਵੱਧ ਤੋਂ ਵੱਧ ਸ਼ੇਅਰ ਕਰੋ ਔਰ ਕਾਮਯਾਬੀ ਦਿਓ ਇਹਨਾਂ ਨੂੰ, ਔਰ ਮੈਨੂੰ ਵੀ ਕਾਮਯਾਬੀ ਦਿਓ ਫਗਵਾੜੇ 'ਚੋਂ। ਅੱਜ ਮੈਂ ਇਹਨਾਂ ਦੇ ਘਰ ਦੇਖਿਆ ਭਾਜੀ, ਬਹੁਤ ਡਾਊਨ ਟੂ ਅਰਥ ਬੰਦੇ ਆ, ਔਰ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਇੱਦਾਂ ਦੇ ਲੀਡਰਾਂ ਨੂੰ ਲੀਡਰ ਬਣਾਓ, ਇੱਦਾਂ ਲੀਡਰ ਨੂੰ ਅੱਗੇ ਲੈ ਕੇ ਜਾਣ ਦਾ ਬਹੁਤ ਵਧੀਆ ਇੱਕ ਉਪਰਾਲਾ ਲੱਭਿਆ ਤੁਹਾਨੂੰ। ਅਗਰ ਜੇ ਵੋਟ ਨਹੀਂ ਪਾਉਂਦੇ, ਇਹ ਹਾਰ ਇਹਨਾਂ ਦੀ ਹਾਰ ਨਹੀਂ, ਇਹ ਹਾਰ ਤੁਹਾਡੀ ਹੈ। ਜੇ ਮੈਂ ਫਗਵਾੜੇ ਖੜਾਂਗੇ ਮੈਂ ਹਾਰ ਜੂੰਗਾ, ਅਤੇ ਹਾਰ ਮੇਰੀ ਨਹੀਂ ਹੈਗੀ, ਉਹ ਹਾਰ ਫਗਵਾੜੇ ਦੀ ਆ, ਕਿਉਂਕਿ ਮੈਂ ਆਪਣਾ ਘਰ ਬਾਰ ਗਿਰਵੀ ਰੱਖ ਕੇ ਸਾਰਾ ਕੁਛ, ਇਸ ਤਰ੍ਹਾਂ ਮੇਰਾ ਗਿਰਵੀ ਆ, ਮੈਂ ਜ਼ੀਰੋ ਹੋਇਆ ਪਿਆ, ਔਰ ਇਹ ਸਾਰੀ ਜਨਤਾ ਨੂੰ ਪਤਾ। ਔਰ ਮੇਰੇ ਹੀ ਕੁਝ ਚੰਦ ਬੰਦੇ ਮੇਰੇ ਦੁਸ਼ਮਣ ਬਣ ਕੇ ਮੈਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਹਿਲਾਂ ਕਿ ਚਲੋ ਉਹ ਤਾਂ ਕੋਈ ਗੱਲ ਚੱਲਦੀ ਰਹਿੰਦੀ ਹੈ, ਪਰ ਲੇਕਿਨ ਦਬਾਓ ਬਹੁਤ ਹੈਗਾ ਦੋਸਤੋ। ਪਰ ਤੁਹਾਡੀ ਵੋਟ ਨਾਲ ਫਗਵਾੜੇ ਦੀ ਇੱਕ ਇੱਕ ਵੋਟ ਮੈਂ ਆਪਣੀ ਝੋਲੀ 'ਚ ਪਾਊਂਗਾ, ਉਹਦਾ ਮੈਂ ਤੁਹਾਨੂੰ ਹਿਸਾਬ ਵੀ ਦਊਂਗਾ, ਅਤੇ ਜੋ ਕਹੋਗੇ ਮੈਂ ਨੰਗੇ ਪੈਰੀ ਤੁਹਾਡੇ ਚਰਨਾਂ 'ਚ ਆ ਜਾਊਂਗਾ। ਮੈਂ ਡਾਊਨ ਟੂ ਅਰਥ ਬੰਦਾ ਵਾ, ਮੈਂ ਕਦੀ ਤੁਹਾਡੇ ਨਾਲ ਮਤਲਬ ਮਿਸਬਿਹੇਵ ਨਹੀਂ ਕਰੂੰਗਾ। ਤੁਸੀਂ ਮੈਨੂੰ ਸਿਰਫ ਇੱਕ ਮੌਕਾ ਦਿਓ, ਔਰ ਟੀਟੂ ਬਾਣੀਆਂ ਨੂੰ ਵੀ ਇੱਕ ਮੌਕਾ ਦਿਓ, ਔਰ ਮੈਨੂੰ ਵੀ ਦਿਓ। ਇੰਨੇ ਨਾਲ ਹੀ ਕਹਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਕੋਲ ਨੀਟੂ ਛੱਟਰਾਂ ਜੀ ਵਾਲੇ ਆਏ ਆ, ਟੀਟੂ ਬਾਣੀਆਂ ਦੇ ਘਰੇ ਵੇਖੇ ਹਾਂ ਅਸੀਂ, ਬੜੀ ਖੁਸ਼ੀ ਹੋਈ ਇਹਨਾਂ ਨਾਲ ਵਿਚਾਰ ਸਾਂਝੇ ਕਰਕੇ, ਕਿਉਂਕਿ ਜੋ ਲੋਕ ਮੁੱਦਿਆਂ ਦੀ ਗੱਲ ਕਰਦੇ ਆ, ਟੀਟੂ ਬਾਣੀਆਂ ਵੀ ਲੋਕ ਮੁੱਦਿਆਂ ਦੇ ਪਿੱਛੇ ਲੜਦਾ ਅਤੇ ਨੀਟੂ ਛੱਟਰਾਂ ਵਾਲੇ ਵੀ ਲੋਕ ਮੁੱਦਿਆਂ ਦੇ ਗੱਤਰ ਲੜਦੇ ਆ। ਮੇਰੀ ਵੋਟਰਾਂ ਨੂੰ ਪੁਰਜ਼ੋਰ ਅਪੀਲ ਆ ਕਿ ਆਪੋ ਆਪਣਾ ਕੀਮਤੀ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ, ਜੋ ਕਿ ਨਿਜ਼ਾਮ ਦੇ ਵਿੱਚ ਬਦਲਾਅ ਲਿਆ ਸਕੀਏ। ਇੰਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਿਵੇਂ ਨੀਟੂ ਛੱਟਰਾਂਵਾਲੇ ਨੇ ਕਿਹਾ ਵੀ ਜੇ ਸਾਡੀ ਹਾਰ ਆ ਤਾਂ ਲੀਡਰਾਂ ਦੀ ਹਾਰ ਆ, ਗੱਲ 100% ਆ, ਕਿਉਂਕਿ ਅਸੀਂ 1947 ਤੋਂ ਲੀਡਰਾਂ ਨੂੰ ਮੌਕਾ ਦਿੰਦੇ ਆ ਰਹੇ ਵੀ ਤੁਸੀਂ ਸਾਡੇ ਹਿੰਦੁਸਤਾਨ ਦਾ, ਭਾਰਤ ਦਾ, ਪੰਜਾਬ ਦਾ ਵਿਕਾਸ ਕਰੋ। ਪਰ ਵਿਕਾਸ ਇਹਨਾਂ ਨੇ ਕੀ ਕੀਤਾ, ਇੱਕ ਬੱਸ ਅੱਡਾ ਤਾਂ ਬਣਾਇਆ ਨਹੀਂ, ਬੱਸ ਅੱਡਾ ਛੱਡੋ ਮੂਤਰਖਾਨੇ ਹੈ ਨਹੀਂ, ਬੀਬੀਆਂ ਭੈਣਾਂ
ਜਾਣੀ ਕਹਿਣ ਦਾ ਆਪਾਂ ਸਾਰੇ ਬੰਦੇ ਦੁਖੀ ਨੇ। ਵਿਕਾਸ ਕਹਿੰਦੇ ਹੋਇਆ ਵਾ, ਮੈਂ ਵੀ ਮੰਨਦਾ ਵਿਕਾਸ ਹੋਇਆ, ਵਿਕਾਸ ਲੀਡਰਾਂ ਦੇ ਘਰਾਂ ਦਾ ਹੀ ਹੋਇਆ, ਉਹਨਾਂ ਦੇ ਰਿਸ਼ਤੇਦਾਰਾਂ ਦਾ ਹੋਇਆ ਵਾ, ਉਹਨਾਂ ਦੇ ਯਾਨੀ ਜਿਹੜੇ ਹੈਗੇ ਆ ਚਾਹਵਾਨਾਂ ਦਾ ਹੋਇਆ ਵਾ, ਉਹਨਾਂ ਦੇ ਜਿਹੜੇ ਜੇ ਵਲੰਟੀਅਰ ਨੇ ਜਾਂ ਕੋਈ ਹੋਰ ਛੋਟੇ ਮੋਟੇ ਨੇ ਉਹਨਾਂ ਦਾ ਹੋਇਆ ਵਾ। ਆਮ ਜਨਤਾ ਦਾ ਕੋਈ ਵਿਕਾਸ ਨਹੀਂ ਹੋਇਆ। ਅਤੇ ਸਾਡੀ ਜਿਹੜੀ ਜੰਗ ਹੈਗੀ ਆ ਇੱਦਾਂ ਹੀ ਅਸੀਂ ਲੜਾਂਗੇ। ਚਲੋ ਨੀਟੂ ਜੀ ਅੱਜ ਮੇਰੇ ਘਰ ਆਏ ਨੇ, ਮੇਰਾ ਵੀ ਇੱਕ ਗ੍ਰਾਮ ਖੂਨ ਵਧਿਆ ਵਾ, ਅਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਚਲੋ ਨੀਟੂ ਜੀ ਹੁਣ ਪਵਾੜੇ ਦੀ ਚੋਣ ਲੜ ਰਹੇ ਨੇ, ਦੇਖਦੇ ਹਾਂ ਰਣਨੀਤੀ ਕੀ ਬਣਾਵਾਂਗੇ। ਅਤੇ ਮੈਂ ਨੀਟੂ ਜੀ ਦਾ ਵੀ ਧੰਨਵਾਦ ਕਰਦਾ ਵਾਂ ਵੀ ਉਹਨਾਂ ਨੇ ਪਹਿਲ ਕੀਤੀ, ਕਿਉਂਕਿ ਪਹਿਲ ਬੰਦਾ ਸੱਚਾ ਹੀ ਕਰਦਾ ਹੁੰਦਾ। ਮੈਨੂੰ ਲੱਗਦਾ ਵਾ ਵੀ ਟੀਟੂ ਬਾਣੀ ਤੋਂ ਸੱਚਾ ਨੀਟੂ ਸ਼ਟਰਾਂ ਵਾਲਾ, ਕਿਉਂਕਿ ਮੈਂ ਇੰਨਾ ਹੌਸਲਾ ਨਹੀਂ ਕਰ ਸਕਿਆ ਵੀ ਨੀਟੂ ਵੀ ਦੇ ਕੋਲ ਜਾਇਆ ਵਾਂ, ਪਰ ਨੀਟੂ ਨੇ ਹੌਸਲਾ ਕੀਤਾ ਵੀ ਟੀਟੂ ਬਾਣੀ ਦੇ ਘਰ ਚੱਲੀਏ। ਮੈਂ ਇਹਨਾਂ ਦਾ ਰਿਣੀ ਹਾਂ, ਇਹਨਾਂ ਦਾ ਧੰਨਵਾਦ ਕਰਦਾ ਵਾਂ, ਅਤੇ ਪਰਮਾਤਮਾ ਅੱਗੇ ਦੁਆ ਕਰਦਾ ਵਾਂ ਵੀ ਨੀਟੂ ਸ਼ਟਰਾਂ ਵਾਲੇ ਜੀ ਦਿਨ ਦੁੱਗਣੀ ਚਾਰ ਚੁੱਗਣੀ ਉਨਤੀ ਬਖਸ਼ੇ, ਪਰਮਾਤਮਾ ਇਹਨਾਂ ਦੇ ਚਿਹਰੇ 'ਤੇ ਹਰ ਟਾਈਮ ਖੁਸ਼ੀ ਲੈ ਕੇ ਆਵੇ, ਇਹਨਾਂ ਦੀ ਅੱਖਾਂ ਦੇ ਵਿੱਚ ਕਦੇ ਵੀ ਹੰਝੂ ਨਾ ਆਉਣ। ਇੰਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬੇਸ਼ੱਕ ਟੀਟੂ ਬਾਣੀ ਅਤੇ ਨੀਟੂ ਸ਼ਟਰਾਂ ਵਾਲਾ ਦੀ ਮਾਂ ਜਿਮਨੀ ਚੋਣ ਫਗਵਾੜਾ ਤੋਂ ਇੱਕ ਦੂਜੇ ਦੇ ਅਮਨੋ ਸਾਹਮਣੇ ਨੇ, ਪਰ ਫਿਰ ਵੀ ਟੀਟੂ ਬਾਣੀਆਂ ਵੱਲੋਂ ਨੀਟੂ ਸ਼ਟਰਾਂ ਵਾਲਾ ਦਾ ਪੱਖ ਲਿਆ ਜਾ ਰਿਹਾ। ਪਰ ਹੁਣ ਇਹਨਾਂ ਚੋਣਾਂ 'ਚ ਕਿਸ ਦੀ ਜਿੱਤ ਹੁੰਦੀ ਹੈ ਅਤੇ ਕਿਸ ਦੀ ਹਾਰ, ਇਹ ਪਤਾ ਤਾਂ 24 ਅਕਤੂਬਰ ਨੂੰ ਹੀ ਲੱਗੇਗਾ। ਬਿਊਰੋ ਰਿਪੋਰਟ, ਰੋਜ਼ਾਨਾ ਟਾਈਮਜ਼।